ਰਾਤੀ ਜਾਗੇ ਕਰੇ ਇਬਾਦਤ ਰਾਤੀ ਜਾਗਣ ਕੁੱਤੇ ਤੈਥੋਂ ਉੱਤੇ ਪੋਂਕਣ ਬੰਦ ਤੇ ਮੂਲ ਨਾ ਹੁੰਦੇ ਜਾ ਰੂੜੀ ਤੇ ਸੁੱਤੇ ਤੈਥੋਂ ਉੱਤੇ ਖਸਮ ਆਪਣੇ ਦਾ ਦਰ ਨਾ ਛੱਡਦੇ ਪਾਵੇਂ ਸੋ ਸੋ ਵਜਣ ਜੁੱਤੇ ਤੈਥੋਂ ਉੱਤੇ ਬੁੱਲੇ ਸ਼ਾ ਕੋਈ ਵਾਸਤ ਵਿਹਾਜ ਲੈ ਨਹੀਂ ਤੇ ਬਾਜੀ ਲੈ ਗਏ ਕੁੱਤੇ ਤੈਥੋਂ ਉੱਤੇ ਬੁੱਲੇ ਸ਼ਾ ਜੀ ਕੁੱਤਿਆਂ ਦੀ ਆਪਣੇ ਮਾਲਕ ਦੇ ਪ੍ਰਤੀ ਵਫਾਦਾਰੀ ਤੇ ਪ੍ਰੇਮ ਨੂੰ ਇਨਸਾਨਾਂ ਦੇ ਆਪਣੇ ਪਰਮਾਤਮਾ ਦੇ ਪ੍ਰਤੀ ਵਫਾਦਾਰੀ ਤੇ ਪ੍ਰੇਮ ਨੂੰ ਕਿੰਨੀ ਸੋਹਣੀ ਤਰ੍ਹਾਂ ਤੁਲਨਾ ਕਰਦੇ ਹੋਏ ਕੁੱਤਿਆਂ ਦੇ ਪ੍ਰੇਮ ਨੂੰ ਇਨਸਾਨਾਂ ਦੇ ਪ੍ਰੇਮ ਤੋਂ ਉੱਤੇ ਰੱਖਦੇ ਨੇ ਤੇ ਉਹ ਕਹਿੰਦੇ ਨੇ ਗੱਲ ਸੁਣ ਇਨਸਾਨਾਂ ਕੀ ਕਹਿਣਾ ਹੈ ਤੂੰ ਤੜਕੇ ਤੜਕ ਉੱਠਦਾ ਹੈ ਤੇ ਬੋਤ ਵੱਡਾ ਕੋਈ ਤੀਰ ਮਾਰ ਲੈਂਦਾ ਹੈ ਕਿਹੜੇ ਭਲੇਖਿਆਂ ਵਿੱਚ ਹੈ ਤੂੰ ਕੁੱਤੇ ਤੇ ਪੂਰੀ ਰਾਤ ਜਾਗਦੇ ਨੇ ਇਸ ਤਰ੍ਹਾਂ ਤੇ ਉਹ ਤੇਰੇ ਤੋਂ ਉੱਤੇ ਹੋਏ ਨਾ ਚੰਗਾ ਤੇ ਤੂੰ ਕਹਿਣਾ ਏ ਕਿ ਤੂੰ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਪਰਮਾਤਮਾ ਦੀ ਇਬਾਦਤ ਕਰਦਾ ਹੈ ਉਹਨੂੰ ਸਲਾਹ ਹੁੰਦਾ ਹੈ ਇਹ ਵੀ ਭਲੇਖਾ ਹੀ ਹੈ ਤੇਰਾ ਇਨਸਾਨਾ ਕੁੱਤੇ ਤੈਨੂੰ ਰੱਬ ਮੰਨ ਕੇ ਤੇਰੀ ਤੇ ਤੇਰੇ ਜਾਨ ਮਾਲ ਦੀ ਰਾਖੀ ਵਾਸਤੇ ਪੂਰੀ ਰਾਤ ਇਬਾਦਤ ਕਰਦੇ ਨਹੀਂ ਮਤਲਬ ਜਾਗਦੇ ਨਹੀਂ ਥੋੜੇ ਖੜਾਕ ਤੇ ਭੌਂਕਣ ਲੱਗਦੇ ਨੇ ਜਦੋਂ ਤੇਰੇ ਜਾਨ ਮਾਲ ਤੇ ਉਹਨਾਂ ਨੂੰ ਕੋਈ ਖਤਰਾ ਨਹੀਂ ਦਿਸਦਾ ਉਦੋਂ ਉਹ ਰੂੜੀਆਂ ਤੇ ਜਾ ਕੇ ਸੋ ਜਾਂਦੇ ਨੇ ਤੈਨੂੰ ਸੌਣ ਵਾਸਤੇ ਮਹਿਲ ਮਾਲੀਆਂ ਚਾਹੀਦਿਆਂ ਨੇ ਉਹ ਫੇਰ ਤੇਥੋਂ ਉੱਤੇ ਹੋ ਜਾਂਦੇ ਨੇ ਉਤੇ ਫਿਰ ਇੱਕ ਤਾਂ ਲੜ ਛੱਡ ਕੇ ਦੂਸਰੇ ਦਾ ਲੜ ਫੜ ਲੈਂਦਾ ਹੈ ਤੇ ਕੁੱਤੇ ਆਪਣੇ ਮਾਲਕ ਦਾ ਦਰਵਾਜ਼ਾ ਕਦੀ ਨਹੀਂ ਛੱਡਦੇ ਭਾਵੇਂ ਉਹਨੂੰ ਕਿੰਨਾ ਵੀ ਝਿੜਕ ਲਾਵੋ ਭਾਵੇਂ 100 100 ਛਿੱਤਰ ਮਾਰ ਲੋ ਉਹ ਕੁੱਤੇ ਫੇਰ ਤੈਥੋਂ ਉੱਤੇ ਹੋ ਗਏ ਬੁੱਲੇ ਸ਼ਾ ਕਹਿੰਦੇ ਨੇ ਇਨਸਾਨਾਂ ਹਾਲੇ ਵੀ ਵਕਤ ਹੈ ਕੋਈ ਵਸਤ ਵਿਹਾਜ ਲੈ ਕਿਸੇ ਇੱਕ ਨਾਲ ਗੰਢੀ ਲਾ ਲੈ ਕੋਈ ਲੇਖੇ ਲਾਣ ਵਾਲਾ ਕੰਮ ਕਰ ਲੈ ਨਹੀਂ ਤਾਂ ਤੈਨੂੰ ਪਿੱਛੇ ਛੱਡ ਕੇ ਕੁੱਤੇ ਤੇਥੋਂ ਬਾਜੀ ਮਾਰ ਲੈ ਜਾਣਗੇ ਤੇਥੋਂ ਉੱਤੇ ਹੋ ਜਾਣਗੇ